ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ ਅਸੀਂ ਅੱਜ ਗੱਲ ਕਰਾਂਗੇ ਜੋ ਕੁਝ ਪੰਜਾਬ ਨਾਲ ਵਾਪਰ ਰਿਹਾ ਤੇ ਜੋ ਕੁਝ ਕੇਂਦਰ ਕਰ ਰਿਹਾ ਹੈਗਾ ਇਹ ਸਾਰੀਆਂ ਗੱਲਾਂ ਨੂੰ ਆਪਣੀ ਅਸੀਂ ਚਰਚਾ ਵਿੱਚ ਲਵਾਂਗੇ ਅੱਜ ਦਾ ਜਿਹੜਾ ਦਿਹਾੜਾ ਇਹ ਬੜਾ ਹੀ ਵਿਲੱਖਣ ਕਿਸਮ ਦਾ ਹੈਗਾ ਔਰ ਇਹਦੇ ਵਿੱਚ ਉਹ ਕੁਝ ਵਾਪਰ ਰਿਹਾ ਜਿੰਦੀ ਕਦੇ ਕਿਸੇ ਨੂੰ ਵੀ ਆਸ ਨਹੀਂ ਸੀ ਕਿ ਜਿਹੜਾ ਭਾਰਤ ਵਰਗੇ ਜਮਹੂਰੀ ਦੇਸ਼ ਵਿੱਚ ਇਸ ਤਰ੍ਹਾਂ ਦੇ ਦਿਨ ਵੀ ਆਉਣਗੇ ਅੱਜ ਪੰਜਾਬ ਦੀ ਸਾਰੀ ਸਰਕਾਰ ਤੇ ਉਹਨਾਂ ਦੇ ਨਾਲ ਜਿਹੜੀਆਂ ਹੋਰ ਪਾਰਟੀਆਂ ਲੋਕ ਇਨਸਾਫ ਪਾਰਟੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਬਾਗੀ ਗਰੁੱਪ ਹੈ ਅਕਾਲੀ ਦਲ ਡੈਮੋਕ੍ਰੈਟਿਕ ਹੈ ਉਹਨਾਂ ਦੇ ਵਿਧਾਇਕ ਵੀ ਉੱਥੇ ਜਿਹੜੇ ਐ ਉਹ ਅੱਜ ਧਰਨੇ ਤੇ ਬੈਠੇ ਹੋਏ ਆ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਧਰਨਾ ਇਸ ਕਰਕੇ ਲਾਇਆ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਨਾ ਤਾਂ ਉਹਨਾਂ ਦੇ ਮੰਤਰੀ ਪੰਜਾਬ ਦੇ ਕਿਸੇ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਨਾਲ ਗੱਲ ਕਰਨ ਨੂੰ ਤਿਆਰ ਹੈ ਤੇ ਨਾ ਹੀ ਰਾਸ਼ਟਰਪਤੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਸਮਾਂ ਦਿੱਤਾ ਕਿ ਉਹ ਆਪਣੀ ਗੱਲ ਉਹਨਾਂ ਤੱਕ ਜਾ ਕੇ ਕਹਿ ਸਕਣ ਤੇ ਜਿਹੜੇ ਬਿੱਲ ਪੰਜਾਬ ਵਿਧਾਨ ਸਭਾ ਨੇ ਪਾਸ ਕੀਤੇ ਆ ਖੇਤੀ ਬਿੱਲ ਜਿਹੜੇ ਕੇਂਦਰ ਸਰਕਾਰ ਨੇ ਪਾਸ ਕੀਤੇ ਸੀ ਉਹਨਾਂ 'ਚ ਸੋਧ ਕਰਕੇ ਜਿਹੜੇ ਬਿੱਲ ਪੰਜਾਬ ਵਿਧਾਨ ਸਭਾ ਨੇ ਪਾਸ ਕੀਤੇ ਆ ਤੇ ਰਾਜਪਾਲ ਨੂੰ ਦਿੱਤੇ ਆ ਉਹ ਅਜੇ ਵੀ ਰਾਜਪਾਲ ਦੀ ਟੇਬਲ ਦੇ ਉੱਤੇ ਪਏ ਆ ਤੇ ਇਸ ਦੇ ਰੋਸ ਵਜੋਂ ਅੱਜ ਦਿੱਲੀ ਵਿੱਚ ਇਹ ਧਰਨਾ ਲਾਇਆ ਗਿਆ ਔਰ ਇਸ ਧਰਨੇ ਦੌਰਾਨ ਜੋ ਕੁਛ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਹੋਰ ਵੀ ਬਹੁਤ ਮੰਦ ਭਾਗ ਹੈ ਉਹ ਇਸ ਕਰਕੇ ਕਿ ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਵਿਸ਼ੇਸ਼ اجلاس ਬੁਲਾ ਕੇ ਉਹਦੇ ਵਿੱਚ ਜਿਹੜੇ ਖੇਤੀ ਸੋਧ ਕਾਨੂੰਨ ਪਾਸ ਕੀਤੇ ਆ ਤੇ ਬਿਜਲੀ ਸੋਧ ਜਿਹੜਾ ਪ੍ਰਸਤਾਵਿਤ ਬਿੱਲ ਹੈ ਉਸ ਦੇ ਵਿਰੋਧ ਚ ਮਤਾ ਪਾਸ ਕੀਤਾ ਉਸ ਦਿਨ ਤੋਂ ਕੇਂਦਰ ਸਰਕਾਰ ਵੱਲੋਂ ਬਦਲਾਖੋਰੂ ਢੰਗ ਦੇ ਨਾਲ ਕਾਰਵਾਈਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਇੱਕ ਤਾਂ ਪੰਜਾਬ ਸੂਬੇ ਦੇ ਖਿਲਾਫ ਕੀਤੀਆਂ ਗਈਆਂ ਜਿਸ ਤਰ੍ਹਾਂ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਔਰ ਹੋਰ ਵੀ ਜਿਸ ਤਰ੍ਹਾਂ ਆਰਡੀਨੈਂਸ ਜਿਹੜਾ ਹੈਗਾ ਇਹ ਹਵਾ ਪ੍ਰਦੂਸ਼ਿਤ ਬਾਰੇ ਉਹ ਲੈ ਕੇ ਆਂਦਾ ਗਿਆ ਤੇ ਇਸ ਤਰ੍ਹਾਂ ਦੀਆਂ ਹੋਰ ਕਾਰਵਾਈਆਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਤੇ ਉੱਥੇ ਵਿਅਕਤੀਗਤ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਹੈ ਬਹੁਤ ਬਾਲ ਉਹਨਾਂ ਦਾ ਪੋਤਾ ਹੈਗਾ ਨਵਾਲਗ ਉਸ ਨੂੰ ਵੀ ਆਮਦਨ ਕਰ ਵਿਭਾਗ ਵੱਲੋਂ ਨੋਟਿਸ ਜਿਹੜੇ ਆ ਜਾਰੀ ਕਰ ਦਿੱਤੇ ਗਿਆ ਈਡੀ ਵੱਲੋਂ ਨੋਟਿਸ ਉਹਨਾਂ ਦੇ ਪਰਿਵਾਰ ਨੂੰ ਜਾਰੀ ਕਰ ਦਿੱਤੇ ਗਏ ਆ ਇਹ ਸਾਰੀ ਸਥਿਤੀ ਬਣੀ ਆ ਦੂਸਰੇ ਪਾਸੇ ਅੱਜ ਜਦੋਂ ਵਿਧਾਇਕ ਉੱਥੇ ਜਾ ਰਹੇ ਸੀ ਦਿੱਲੀ ਤਾਂ ਨਵਜੋਤ ਸਿੰਧੂ ਉਹਨਾਂ ਨੂੰ ਜਿਸ ਤਰ੍ਹਾਂ ਬਾਰਡਰ ਤੇ ਰੋਕਿਆ ਗਿਆ ਔਰ ਜਿਸ ਤਰ੍ਹਾਂ ਉਹਨਾਂ ਨਾਲ ਵਿਵਹਾਰ ਕੀਤਾ ਗਿਆ ਤੇ ਜਿਸ ਤਰ੍ਹਾਂ ਉਹਨਾਂ ਨੇ ਅੱਗੋਂ ਆਪਣੇ ਪ੍ਰਤੀਕਰਮ ਦਿੱਤੇ ਆ ਇਹ ਸਾਰੇ ਦੇ ਅਸੀਂ ਅੱਜ ਚਰਚਾ ਕਰਾਂਗੇ ਔਰ ਮੈਂ ਹੁਣ ਜੰਮੂ ਜੀ ਨੂੰ ਕਹਾਂਗਾ ਕਿ ਉਹ ਇਹ ਜਿਹੜੀ ਸਾਰੀ ਸਥਿਤੀ ਬਣੀ ਆ ਉਸ ਦੇ ਬਾਰੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਖਾਸ ਕਰਕੇ ਉਹਨਾਂ ਦੇ ਜਿਹੜਾ ਬਿਆਨ ਹੈ ਉਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੰਡੂ ਸਾਹਿਬ ਕੈਪਟਨ ਸਾਹਿਬ ਨੇ ਤਿੰਨ ਗੱਲਾਂ ਕੀਤੀਆਂ ਉੱਥੇ ਦਿੱਲੀ ਦੇ ਵਿੱਚ ਉਹਨਾਂ ਕਹੇ ਵੀ ਸਾਡੇ ਬਾਰੇ ਜੋ ਪ੍ਰਚਾਰ ਕੀਤਾ ਜਾ ਰਿਹਾ ਉਹ ਗਲਤ ਹੈਗਾ ਅਸੀਂ ਜਿਹੜੀਆਂ ਮਾਲ ਗੱਡੀਆਂ ਉਹਨਾਂ ਨੂੰ ਚਲਾਉਣਾ ਚਾਹੁੰਦੇ ਆ ਅਸੀਂ ਹਰ ਪ੍ਰਕਾਰ ਦੀ ਸੁਰੱਖਿਆ ਦੇਣ ਲਈ ਤਿਆਰ ਆ ਅਸੀਂ ਰੇਲਵੇ ਸਟੇਸ਼ਨਾਂ ਦੇ ਉੱਪਰ ਅਸੀਂ ਆਪਣੀ ਜਿਹੜੀ ਆ ਸੁਰੱਖਿਆ ਜਿਹੜੀ ਆ ਆਪਣਾ ਜਿਹੜੀ ਅਮਲਾ ਉਹਨੂੰ ਬਿਠਾ ਦੇਾਂਗੇ ਕਿਸੇ ਕਿਸਮ ਨੂੰ ਨੋਚ ਨਹੀਂ ਆਏਗੀ ਕਿਸੇ ਨੂੰ ਕੋਈ ਵੈਸੇ ਵੀ ਸਾਡੇ ਜਿਹੜੇ ਰੇਲਵੇ ਟ੍ਰੈਕ ਆ ਵਿਲੇ ਨੇ ਖਾਲੀ ਨੇ ਕੋਈ ਉਹਨਾਂ ਦੇ ਉੱਪਰ ਬੈਠਾ ਨਹੀਂਗਾ ਜਦੋਂ ਕਿ ਕੇਂਦਰੀ ਮੰਤਰੀ ਜਿਹੜੇ ਜਾਵੜੇਕਰ ਆ ਉਹਨਾਂ ਨੇ ਕਿਹਾ ਕਿ 50 ਟ੍ਰੈਕ ਜਿਹੜੇ ਆ ਅਜੇ ਵੀ ਕਿਸਾਨਾਂ ਨੇ ਰੋਕੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਵੀ ਕੋਈ ਟ੍ਰੈਕ ਰੁਕਿਆ ਨਹੀਂ ਹੋਇਆ ਇਸ ਤੋਂ ਇਲਾਵਾ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਆਪਣੀ ਬਕਾਇਦਾ ਮੀਟਿੰਗ ਕੀਤੀ ਉਹਦੇ ਵਿੱਚ ਵੀ ਉਹਨਾਂ ਕਿਹਾ ਇਸ ਵੇਲੇ ਰੇਲਵੇ ਦੇ ਟ੍ਰੈਕ ਖਾਲੀ ਨੇ ਇਸ ਕਰਕੇ ਸਾਡੇ ਖਿਲਾਫ ਕੋਈ ਬਹਾਨਾ ਬਣਾ ਰਹੀਏ ਜਿਸ ਕਿਸਮ ਦਾ ਕੇਂਦਰ ਸਰਕਾਰ ਇਹੋ ਜਿਹਾ ਬਹਾਨਾ ਬਣਦਾ ਨਹੀਂ ਉਹਨਾਂ ਅੱਗੇ ਫਰਦਰ ਇਸ ਮਾਮਲੇ ਦੇ ਵਿੱਚ ਕਿਹਾ ਕਿ ਅਸੀਂ ਜਿਹੜੀ ਹੈ ਜਿਹੜੇ ਰੇਲਵੇ ਸਟੇਸ਼ਨਾਂ ਦੇ ਸਾਡੇ ਜਿਹੜੇ ਕਿਸਾਨ ਬੈਠੇ ਉਹ ਜਿਹੜੀਆਂ ਰੇਲਵੇ ਦੀਆਂ ਪਾਰਕਾਂ ਉਹਨਾਂ ਦੇ ਵਿੱਚ ਬੈਠਣਗੇ ਰੇਲਵੇ ਸਟੇਸ਼ਨਾਂ ਤੋਂ ਵੀ ਪਾਸੇ ਹੋ ਜਾਣਗੇ ਤੇ ਅਸੀਂ ਅਗਲੇ 15 ਦਿਨਾਂ ਤੱਕ ਜਿਹੜੀਆਂ ਟ੍ਰੈਕ ਖਾਲੀ ਰੱਖਾਂਗੇ 15 ਦਿਨਾਂ ਤੋਂ ਬਾਅਦ 20 ਨਵੰਬਰ ਨੂੰ ਫੇਰ ਇਹਦੇ ਬਾਰੇ ਫੈਸਲਾ ਕਰਾਂਗੇ ਇਸ ਕਰਕੇ ਕੇਂਦਰ ਸਰਕਾਰ ਕੋਲ ਇਹ ਕੋਈ ਜਿਹੜਾ ਦਲੀਲ ਨਹੀਂ ਕੋਈ ਤਰਕ ਨਹੀਂ ਕਿ ਪੰਜਾਬ ਦੇ ਰੇਲਵੇ ਟ੍ਰੈਕਾਂ ਦੇ ਉੱਪਰ ਕਿਸਾਨ ਬੈਠੇ ਆ ਕੈਪਟਨ ਨੇ ਸੁਰੱਖਿਆ ਦਾ ਵਾਅਦਾ ਕੀਤਾ ਵੀ ਅਸੀਂ ਸੁਰੱਖਿਆ ਦੇਣ ਲਈ ਤਿਆਰ ਹਾਂ ਪਰ ਨਾਲ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜਾ ਰਵਈਆ ਅਖਤਿਆਰ ਕੀਤਾ ਇਹ ਪੰਜਾਬ ਦੇ ਤੇ ਦੇਸ਼ ਦੇ ਹਿਤ ਵਿੱਚ ਨਹੀਂਗਾ ਉਹਨਾਂ ਕਿਹਾ ਵੀ ਜਿਹੜੇ ਖੇਤੀ ਬਿੱਲ ਹੈ ਇਹਨਾਂ ਦੇ ਨਾਲ ਖੇਤੀ ਕਾਨੂੰਨ ਜਿਵੇਂ ਬਣਾਤੇ ਕੇਂਦਰ ਸਰਕਾਰ ਨੇ ਇਹਦੇ ਨਾਲ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਦਾ ਅਜਾੜਾ ਹੋ ਜਾਏਗਾ ਜਿਹੜਾ ਅੰਧਾਤਾ ਜਿਹਨੇ ਪੰਜਾਬ ਨੂੰ ਜਿਹੜਾ ਦੇਸ਼ ਨੂੰ ਜਿਹੜਾ ਅਨਾਜ ਦੇ ਖੇਤਰ ਦੇ ਵਿੱਚ ਆਦਮ ਆਦਮ ਨਿਰਪੜ ਬਣਾਇਆ ਉਹਦੇ ਉੱਪਰ ਇੱਕ ਮਾਰੂ ਹਮਲਾ ਤੇ ਕੇਂਦਰ ਸਰਕਾਰ ਨੂੰ ਇਹਦੇ ਉੱਪਰ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਵੀ ਮੈਂ ਰਾਸ਼ਟਰਪਤੀ ਨਾਲ ਇਸ ਗੱਲ ਕਰਕੇ ਗੱਲ ਕਰਨਾ ਚਾਹੁੰਦਾ ਸੀਗਾ ਇਸ ਕਰਕੇ ਅਸੀਂ ਮਿਲਣਾ ਚਾਹੁੰਦੇ ਸੀਗੇ ਕਿ ਪੰਜਾਬ ਦੇ ਰਾਜਪਾਲ ਨੇ ਉਹਨਾਂ ਕੋਲ ਬਿੱਲ ਨਹੀਂ ਭੇਜੇ ਜਿਹੜੇ ਅਸੀਂ ਪਾਸ ਕੀਤੇ ਆ ਉਹਨਾਂ ਦੇ ਉੱਪਰ ਗੱਲ ਸਾਡੀ ਸੁਣੀ ਜਾਣੀ ਚਾਹੀਦੀ ਸੀ ਅਸੀਂ ਆਪਣੇ ਜਿਹੜੇ ਸੰਸਦ ਮੈਂਬਰ ਹੈ ਉਹਨਾਂ ਨੂੰ ਵੀ ਕਹੇ ਸੀ ਵੀ ਇੱਥੇ ਮੰਤਰੀਆਂ ਨੂੰ ਮਿਲਿਆ ਜਾਓ ਉਹਨਾਂ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਕੇਂਦਰ ਸਰਕਾਰ ਇੱਕ ਬਦਲਾਖੋਰ ਨੀਤੀ ਦੇ ਤਹਿਤ ਕਰ ਰਿਹਾ ਇਹ ਗਲਤ ਹੈਗਾ ਇਹਦੇ ਨਾਲ ਜਿਹੜਾ ਸਾਡੇ ਸੈਂਟਰ ਸਟੇਟ ਰਿਲੇਸ਼ਨ ਇਹਨਾਂ ਦੇ ਵਿੱਚ ਹੋਰ ਜਿਹੜਾ ਮਨੀਮਾ ਵੀ ਆਏਗਾ ਜਿਹੜੀ ਸਥਿਤੀ ਬਣੀ ਆ ਉਹਦੇ ਚ ਤਾਂ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਜਿਵੇਂ ਜਿਹੜੀ ਹੈ ਮੋਦੀ ਸਰਕਾਰ ਹੈ ਉਹ ਪੰਜਾਬ ਮਾਰੂ ਰਾਹ ਦੇ ਉੱਤੇ ਪੈ ਗਈ ਲੱਗਦੀ ਹੈ ਉਹ ਤੁਸੀਂ ਦੇਖੋ ਕਿ ਹੁਣ ਜਿਹੜੀਆਂ ਮਾਲ ਗੱਡੀਆਂ ਬੰਦ ਹੋਈਆਂ ਉਹਨਾਂ ਨਾਲ ਕੋਲਾ ਨਹੀਂ ਹਰਿਆ ਪੰਜਾਬ ਵਿੱਚ ਬਿਜਲੀ ਦੇ ਕੱਟ ਲੱਗਨੇ ਸ਼ੁਰੂ ਹੋ ਗਏ ਔਰ ਦੂਸਰੇ ਪਾਸੇ ਜਿਹੜੀ ਖਾਦ ਨਹੀਂ ਆ ਰਹੀ ਤੀਸਰੇ ਪਾਸੇ ਜਿਹੜੀਆਂ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਉਹ ਨਹੀਂ ਆ ਰਹੀਆਂ ਤੇ ਚੌਥਾ ਇਹ ਹੈ ਕਿ ਜੋ ਇੱਥੇ ਸੰਤਤੀ ਉਤਪਾਦਨ ਹੋ ਰਿਹਾ ਉਹ ਸਾਰਾ ਹੀ ਇੱਥੇ ਜਿਹੜਾ ਵੱਡੇ ਵੱਡੇ ਉਹਨਾਂ ਦੇ ਟੀਰ ਲੱਗ ਰਿਹਾ ਔਰ ਸੰਤਾਂ ਨੇ ਜਿਹੜਾ ਕੱਚਾ ਮਾਲ ਉਹਨਾਂ ਕੋਲ ਪਹੁੰਚਣਾ ਉਹ ਵੀ ਨਹੀਂ ਪਹੁੰਚ ਰਿਹਾ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੇਂਦਰ ਸਰਕਾਰ ਜਿਸ ਤਰ੍ਹਾਂ ਤੁਸੀਂ ਠੀਕ ਕਿਹਾ ਕਿ ਬਦਲਾਖੋਰੂ ਢੰਗ ਨਾਲ ਕੰਮ ਕਰ ਰਹੀ ਹੈ ਔਰ ਨਾਲ ਦੀ ਨਾਲ ਉਹਦੇ ਨਾਲ ਪੰਜਾਬ ਮਾਰੂ ਜਿਹੜਾ ਉਹਨਾਂ ਦਾ ਵਤੀਰਾ ਹੈ ਉਹਨਾਂ ਦਾ ਰਵਈਆ ਹੈ ਉਹਨਾਂ ਦੀ ਜਿਹੜੇ ਨੀਤੀਆਂ ਉਹ ਵੀ ਸਾਹਮਣੇ ਆ ਰਹੀਆਂ ਤਾਂ ਜਿਸ ਤਰ੍ਹਾਂ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਹੈ ਉਹਨਾਂ ਨੇ ਜਮਹੂ ਅੱਗੇ ਆਪਣੇ ਹੋਰ ਕੀ ਪ੍ਰੋਗਰਾਮ ਲੀਕੇ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਕਹੇ ਵੀ ਪੰਜਾਬ ਸਰਕਾਰ ਨੇ ਜਿਹੜੀ ਆ ਆਬ ਬਲਾਕੇਡ ਸ਼ੁਰੂ ਕਰ ਲਈ ਹੈ ਪੰਜਾਬ ਦੀ ਨਾਕਾਬੰਦੀ ਕਰ ਲਈ ਮਤਲਬ ਉਲਟਾ ਮਤਲਬ ਉਹ ਸਥਿਤੀ ਉਲਟੀ ਹੈ ਝਾਰੀ ਬਲਾਕਟ ਜਿਹੜਾ ਕੰਮ ਹੈ ਇਹ ਕੇਂਦਰ ਸਰਕਾਰ ਨੇ ਕੀਤਾ ਉਹ ਕੇਂਦਰ ਸਰਕਾਰ ਨੂੰ ਬਲੇਮ ਕਰਨ ਦੀ ਥਾਂ ਤੇ ਆਪਣੀ ਪਾਰਟੀ ਨੂੰ ਕੋਈ ਸਜੈਸਟਿਵ ਢਾਂਗ ਨਾਲ ਇਹ ਮਾਮਲੇ ਨੂੰ ਹੱਲ ਕਰਨ ਦੀ ਥਾਂ ਤੇ ਉਲਟੀ ਜਿਹੜੀ ਆ ਉਹ ਗੰਗਾ ਵਹਾ ਰਿਹਾ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੀ ਕੇਂਦਰ ਸਰਕਾਰ ਨੂੰ ਕਹਿਣ ਇਹ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੋ ਸਾਡੀ ਪੰਜਾਬ ਦੇ ਵਿੱਚ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸਾਡੇ ਘਰਾ ਹੋ ਰਿਹਾ ਸਾਨੂੰ ਬਾਹਰ ਨਿਕਲਣਾ ਔਖਾ ਹੋਇਆ ਇਸ ਕਰਕੇ ਤੁਸੀਂ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਪੰਜਾਬ ਭਾਜਪਾ ਜਿਹੜੇ ਰਸਤੇ ਤੇ ਚੱਲ ਰਹੀ ਆ ਉਹ ਜਿਹੜਾ ਨਾ ਉਹ ਮਾੜੇ ਪਾਸੇ ਵੱਲੋਂ ਰਸਤਾ ਜਾਂਦਾ ਦੇਖੋ ਇੱਕ ਤਾਂ ਇਹ ਵੀ ਆ ਨਾ ਕਿ ਦੇਖੋ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਤੀਰਾ ਹੈਗਾ ਉਹ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਆ ਪਰ ਪੰਜਾਬ ਦੇ ਹਿੱਤਾਂ ਦੇ ਉਲਟ ਜਾ ਕੇ ਜੋ ਕੁਝ ਵੀ ਉਹਨਾਂ ਨੇ ਹੁਣ ਤੱਕ ਕੀਤਾ ਉਹਨਾਂ ਨੇ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਉਹਨਾਂ ਦੀ ਕਾਰਵਾਈ ਨਜ਼ਰ ਨਹੀਂ ਆਉਂਦੀ ਕਿ ਜਿੰਦੇ ਚ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੋਵੇ ਕਿ ਕੇਂਦਰ ਸਰਕਾਰ ਦੇ ਕੋਲ ਜਾ ਕੇ ਜੋ ਪੰਜਾਬ ਦੀ ਹਾਲਤ ਬਣ ਰਹੀ ਹੈ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਨਾਲ ਜੋ ਕੁਝ ਕਿਸਾਨਾਂ ਦੀ ਹਾਲਤ ਹੋ ਰਹੀ ਹੈ ਉਹਦੇ ਬਾਰੇ ਕੋਈ ਕੇਂਦਰ ਨੂੰ ਕਿਆ ਹੋਵੇ ਕਿ ਤੁਸੀਂ ਉਹਨਾਂ ਨੂੰ ਸੱਦ ਕੇ ਗੱਲ ਕਰੋ ਉਲਟਾ ਜਿਹੜਾ ਹੈਗਾ ਸਗੋ ਸਾਰਾ ਕੁਝ ਉਹ ਕਰਨ ਦੇ ਰਾ ਉਹ ਵੀ ਪਏ ਹੋਏ ਜਨੂ ਸਰ ਜਿਹੜੀ ਬੀਜੇਪੀ ਨੇ ਨੀਤੀ ਪਣਾਈ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਅਗਲਾ ਅਗਲੀ ਵਿਧਾਨ ਸਭਾ ਚ ਜੇ ਇਹ ਦੇਖ ਰਹੀ ਵੀ ਸਾਡੀ ਸਰਕਾਰ ਆ ਜਾਏਗੀ ਅੱਜ ਉਹਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਣਾ ਔਖਾ ਹੋ ਗਿਆ ਮਤਲਬ ਉਹ ਸ਼ਹਿਰਾਂ ਦੇ ਵਿੱਚ ਵੀ ਕੁਝ ਨਹੀਂ ਕਰ ਸਕਦੀ ਸ਼ਹਿਰਾਂ ਦੇ ਮਤਲਬ ਵਪਾਰ ਮੰਡਲਾਂ ਨੇ ਵੀ ਇਹ ਕਰ ਲਿਆ ਵੀ ਅਸੀਂ ਬੀਜੇਪੀ ਦੇ ਆਗੂਆਂ ਦੇ ਪੁਤਲੇ ਸਾੜਾਂਗੇ ਜਿਹੜਾ ਵਤੀਰਾ ਇਹਨਾਂ ਅਪਣਾਇਆ ਜੇ ਅਗਲੇ 5 ਦਿਨਾਂ ਦੇ ਵਿੱਚ ਇਹਨਾਂ ਨਾ ਬਦਲੇ ਆਪਣਾ ਮਾਰਗ ਤਾਂ ਸਾਨੂੰ ਅਸੀਂ ਵੀ ਉਸੇ ਰਾਹ ਤੇ ਚੱਲਾਂਗੇ ਇਹ ਜਿਹੜੇ ਸਾਰਾ ਕੁਝ ਦਰਸਾਉਂਦਾ ਵੀ ਬੀਜੇਪੀ ਦੀ ਲੀਡਰਸ਼ਿਪ ਕਿੱਧਰ ਜਾ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਮਤਲਬ ਪੰਜਾਬ ਦੀ ਪੰਜਾਬ ਦੇ ਹਿੱਤਾਂ ਦੇ ਉਲਟੀ ਜਾ ਰਹੀ ਹੈ ਉਲਟ ਉਲਟ ਜਾ ਰਹੀ ਹੈ ਇਹ ਗਲਤ ਰਸਤੇ ਦੇ ਉੱਪਰ ਪੈ ਗਈ ਹੈ ਇਸ ਤੋਂ ਅਗਲੀ ਗੱਲ ਜਿਹੜੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਹੁਣੇ ਦਿੱਲੀ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਉੱਥੇ ਰੋਕਿਆ ਗਿਆ ਰਸਤੇ ਦੇ ਵਿੱਚ ਜਿਹੜਾ ਬਾਰਡਰ ਆ ਉੱਥੇ ਰੋਕਿਆ ਗਿਆ ਦਿੱਲੀ ਪੁਲਿਸ ਨੇ ਰੋਕ ਲਿਆ ਉੱਥੇ ਜਿਹੜਾ ਰੌਲਾ ਰੱਪਾ ਪੈਣ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ ਜਦੋਂ ਉਹਨਾਂ ਨੇ ਸਾਰਾ ਕੁਝ ਲਾਈਵ ਹੋ ਕੇ ਆਪਣੀ ਗੱਲ ਜਿਹੜੀ ਕਹੀ ਤਾਂ ਉਹ ਤੋਂ ਬਾਅਦ ਦਿੱਲੀ ਪੁਲਿਸ ਨੇ ਰਵਈਆ ਬਦਲਿਆ ਉਸ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਗਿਆ ਇਹ ਜਿਹੜੀਆਂ ਗੱਲਾਂ ਨੇ ਇਹ ਚੰਗੀਆਂ ਗੱਲਾਂ ਨਹੀਂ ਗੀਆਂ ਇਹ ਮਾੜੀਆਂ ਗੱਲਾਂ ਨੇ ਇਸ ਦੇ ਨਾਲ ਹੀ ਜਿਹੜਾ ਧਰਨਾ ਦਿੱਤਾ ਗਿਆ ਦੇਖੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਪਹਿਲਾਂ ਰਾਜ ਘਟ ਗਏ ਉਹਨਾਂ ਨੇ ਮਹਾਤਮਾ ਗਾਂਧੀ ਜੀ ਜਿਹੜੀ ਉੱਥੇ ਬੁੱਤ ਹੈ ਜਿਹੜੀ ਵੀ ਉੱਥੇ ਸਮਾਦੀ ਬਣੀ ਉੱਥੇ ਪਹਿਲਾਂ ਫੁੱਲ ਚੜਾਏ ਉਹ ਤੋਂ ਬਾਅਦ ਦਫਾ ਉੱਥੇ 143 ਲੱਗੀ ਇਸ ਕਰਕੇ ਉੱਥੇ ਧਰਨਾ ਨਹੀਂ ਦਿੱਤਾ ਉਸ ਦੀ ਥਾਂ ਤੇ ਜੰਤਰ ਮੰਤਰ ਦੇ ਵਿੱਚ ਜਿਹੜਾ ਉਹ ਸਵਾ ਘੰਟੇ ਦਾ ਡੇਢ ਘੰਟੇ ਦਾ ਧਰਨਾ ਦਿੱਤਾ ਜਿਹਦੇ ਵਿੱਚ ਹੋਰ ਧਰਾਵੇਂ ਸ਼ਾਮਲ ਹੋਈਆਂ ਉਹਦੇ ਵਿੱਚ ਜੰਮੂ ਵੀ ਹੋਏ ਵੀ ਤਾਂ ਕਹਿ ਰਹੇ ਸੀਗੇ ਕੈਪਟਨ ਬਿੰਦਰ ਸਿੰਘ ਕਿ ਉਹਨਾਂ ਦਾ ਜਿਹੜਾ ਪੁੱਤ ਹੈ ਉਹਨੂੰ ਵੀ ਸਮਨ ਆ ਕੇ ਦੇਖੋ ਕੈਪਟਨ ਨੇ ਉੱਤਰਨੇ ਤੋਂ ਬਾਅਦ ਵਕਰੇ ਤੌਰ ਤੇ ਇੱਕ ਗੱਲਾਂ ਕਹੀਆਂ ਉਹਨਾਂ ਕਹਿੰਦੇ ਵੀ ਦੇਖੋ ਜਦੋਂ ਦੇ ਤਿੰਨ ਬਿੱਲ ਪਾਸ ਅਸੀਂ ਕੀਤੇ ਆ ਜਾਂ ਜਿਹੜੀ ਅਲਾਈਨ ਅਸੀਂ ਕਿਸਾਨਾਂ ਦੇ ਪੱਖੀ ਪੰਜਾਬ ਦੇ ਵਿੱਚ ਲਈ ਆ ਉਹ ਤੋਂ ਬਾਅਦ ਕੇਂਦਰ ਸਰਕਾਰ ਨੇ ਅਜੀਬ ਵਤੀਰਾ ਜਿਹੜਾ ਧਾਰਨ ਕਰ ਲਿਆ ਉਹਨਾਂ ਕਹਿੰਦੇ ਵੀ ਸਾਡੇ ਪਰਿਵਾਰ ਨੂੰ ਇਨਸਪੋਰਟਸਮੈਨ ਡਾਇਰੈਕਟਰ ਈਡੀ ਦੇ ਤੇ ਇਨਕਮ ਟੈਕਸ ਵਿਭਾਗ ਦੇ ਨੋਟਸ ਆ ਗਏ ਆ ਉਹਨਾਂ ਕਹਿੰਦੇ ਨੋਟਸ ਮੇਰੇ ਬੇਟੇ ਰਾਣੇਂਦਰ ਸਿੰਘ ਨੂੰ ਮੈਨੂੰ ਮੇਰੀ ਪਤਨੀ ਪਰਨੀਤ ਕੌਰ ਨੂੰ ਉਸ ਤੋਂ ਇਲਾਵਾ ਮੇਰੀਆਂ ਦੋ ਪੋਤੀਆਂ ਨੇ ਇਕਲਾ ਕਰ ਰਹੀ ਹੈ ਇੱਕ ਜਿਹੜੀ ਹੈ ਜਿਹਦੀ ਸੰਗਾਈ ਹੋਣ ਜਾ ਰਹੀ ਹੈ ਉਹ ਉਹਦੇ ਕੰਮ ਚ ਵਿਜੀ ਹੈ ਇੱਕ ਮੇਰਾ ਨਬਾਲਗ ਪੋਤਾ ਉਹਨੂੰ ਵੀ ਜਿਹੜਾ ਈਡੀ ਦਾ ਨੋਟਸ ਆ ਗਿਆ ਮਤਲਬ ਕੇਂਦਰ ਸਰਕਾਰ ਨੇ ਜਿਹੜਾ ਇਹ ਜਿਹੜੇ ਬਿੱਲ ਅਸੀਂ ਪਾਸ ਕੀਤੇ ਆ ਇਹਦੇ ਤੋਂ ਬਾਅਦ ਇਹ ਬਦਲਾਖੋਰੀ ਬਦਲਾਖੋਰੀ ਦਾ ਰਸਤਾ ਚੁਣ ਲਿਆ ਇਹ ਟਾਈਮ ਕਿਹੜਾ ਸਿਲੈਕਟ ਕੀਤਾ ਕੇਂਦਰ ਸਰਕਾਰ ਇਹ ਚੁਣ ਕਿਵੇਂ ਕਿਹੜੇ ਸਮੇਂ ਚ ਕੀਤੀ ਆ ਸਾਨੂੰ ਜਿਹੜਾ ਟਾਰਗੇਟ ਕਰਨ ਦਾ ਤਰੀਕਾ ਕਰ ਅਪਣਾ ਲਿਆ ਜਿਹੜਾ ਕਿ ਅਤ ਹੀ ਨਿੰਦਣਯੋਗ ਹੈਗਾ ਇਦੇ ਨਾਲ ਮਤਲਬ ਕੇਂਦਰ ਸਰਕਾਰ ਕੀ ਦਿਖਾਉਣਾ ਚਾਹੁੰਦੀ ਹੈ ਵੀ ਜਿਹੜਾ ਲਾਈਨ 'ਚ ਨਹੀਂ ਚੱਲਦਾ ਬੰਦਾ ਜਿਹੜਾ ਲਾਈਨ 'ਚ ਨਹੀਂ ਆਉਂਦਾ ਉਹਨੂੰ ਟਾਰਗੇਟ ਉਹਨਾਂ ਦੀ ਲਾਈਨ ਨਹੀਂ ਮੰਨਦਾ ਕੇਂਦਰ ਦੀ ਲਾਈਨ ਨਹੀਂ ਟੋ ਕਰਦਾ ਉਹ ਉਹਦੇ ਖਿਲਾਫ ਇਹ ਕਾਰਵਾਈ ਸ਼ੁਰੂ ਕਰ ਦੋ ਠੀਕ ਹੈ ਉਹਨਾਂ ਦੇ ਮੁੰਡੇ ਦੇ ਖਿਲਾਫ ਬੇਟੇ ਦੇ ਖਿਲਾਫ ਰਾਣੇਂਦਰ ਦੇ ਖਿਲਾਫ ਪਹਿਲਾਂ ਵੀ ਮਾਮਲਾ ਸੀਗਾ ਇਹ ਜਦੋਂ ਕੇਂਦਰੀ ਜਿਹੜੇ ਵਿੱਤ ਮੰਤਰੀ ਅਰਨਜੀਤ ਲੀਆ ਉਹਨਾਂ ਦੇ ਸਮੇਂ ਤੋਂ ਚੱਲਦਾ ਆ ਰਿਹਾ ਉਹ ਮੰਨਿਆ ਜਾ ਸਕਦਾ ਸੀ ਪਰ ਜਿਹੜਾ ਹੁਣ ਹੋਰ ਲੋਕ ਇਨਵੋਲਵ ਕਰ ਲੈ ਪਰ ਬਾਲਗ ਬੱਚੇ ਨੂੰ ਤਾਂ ਨੋਟਿਸ ਜਾਰੀ ਕਰਨ ਦਾ ਮਤਲਬ ਇਹਦੇ ਤੋਂ ਤਾਂ ਸਾਫ ਹੋ ਜਾਂਦਾ ਵੀ ਕੇਂਦਰ ਸਰਕਾਰ ਕਿਹੜੇ ਰਸਤੇ ਤੇ ਚੱਲ ਰਹੀ ਆ ਇਸੇ ਤਰੀਕੇ ਨਾਲ ਜੇ ਇਹਨੂੰ ਦੇਖਿਆ ਜਾਵੇ ਜਿਹੜੇ ਕੇਂਦਰੀ ਰੇਲਵੇ ਮੰਤਰੀ ਪਿਯੋਸ਼ ਗੋਲ ਉਹ ਵੀ ਕਿਸੇ ਨੂੰ ਮਿਲਣ ਲਈ ਤਿਆਰ ਨਹੀਂ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਮਤਲਬ ਸਾਰਾ ਕੁਝ ਇਹ ਦੇਖਿਆ ਜਾ ਰਿਹਾ ਵੀ ਪ੍ਰਧਾਨ ਮੰਤਰੀ ਦਾ ਇਸ਼ਾਰਾ ਕਦੋਂ ਹੋਏਗਾ ਇਸ਼ਾਰਾ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਕੁਝ ਵੀ ਨਹੀਂ ਚੱਲੇਗਾ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ ਵੀ ਸਾਡਾ ਦੇਸ਼ ਕਿਹੜੇ ਰਸਤੇ ਤੇ ਚੱਲ ਰਿਹਾ ਹੈ ਕਿਵੇਂ ਮਤਲਬ ਸਾਰੀ ਪਾਵਰ ਜਿਹੜੀ ਸੈਂਟਰਲਾਈਜ਼ ਹੋ ਗਈ ਹੈ ਇਸ ਕਰਕੇ ਇਹ ਜਿਹੜਾ ਤਰੀਕਾਕਾਰ ਹੈ ਕੇਂਦਰ ਸਰਕਾਰ ਦਾ ਇਹ ਠੀਕ ਨਹੀਂਗਾ ਜੰਮੂ ਜੰ& ਦੇ ਨਾਲ ਇਹ ਵੀ ਤਾਂ ਹੈ ਨਾ ਕਿ ਹੁਣ ਜਿਸ ਤਰ੍ਹਾਂ ਕੱਲ ਪੰਜ ਨੂੰ ਸਾਰੇ ਕੌਮੀ ਪੱਧਰ ਦੇ ਉੱਤੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਤਾਂ ਅਲਟੀਮੇਟਲੀ ਤਾਂ ਕਿਤੇ ਨਾ ਕਿਤੇ ਜਾ ਕੇ ਇਹ ਹਾਲਤਾਂ ਜਿਹੜਾ ਗਲਬਾਤ ਦੀ ਮੇਜ਼ ਤੇ ਹੀ ਨਿਕਲਣਾ ਤੇ ਉਹਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਨੈਤਿਕ ਜ਼ਿੰਮੇਵਾਰੀ ਵੀ ਹੈ ਸੰਵਿਧਾਨਕ ਜ਼ਿੰਮੇਵਾਰੀ ਵੀ ਹੈ ਕਾਨੂੰਨੀ ਜ਼ਿੰਮੇਵਾਰੀ ਵੀ ਹੈ ਉਹ ਕੇਂਦਰ ਸਰਕਾਰ ਦੀ ਬੰਦੀ ਹੈ ਕਿ ਉਹ ਉਹਨਾਂ ਧਿਰਾਂ ਨਾਲ ਬੈਠ ਕੇ ਗੱਲਬਾਤ ਕਰੇ ਉਹਨਾਂ ਦੀ ਗੱਲ ਵੀ ਸੁਣੇ ਜਦੋਂ ਕਿ ਜਮਹੂਰੀਅਤ ਦੀ ਇਹ ਮੰਗ ਹੈਗੀ ਹੈ ਕਿ ਉਹ ਲੋਕਾਂ ਦੀ ਆਵਾਜ਼ ਨੂੰ ਤਾਂ ਆਪਣੇ ਤੱਕ ਉਹਨਾਂ ਤੱਕ ਪਹੁੰਚਾਉਣ ਦੀ ਜਿਹੜੀ ਹੈ ਇੱਕ ਮੰਚ ਤਾਂ ਮੁਹੱਈਆ ਕਰੇ ਨਾ ਇਹ ਵੀ ਗੱਲ ਨਹੀਂ ਹੋ ਰਹੀ ਤਾਂ ਇਹਦੇ ਤੋਂ ਇਹ ਲੱਗਦਾ ਹੈ ਕਿ ਜਿਹੜੇ ਕੇਂਦਰ ਰਾਜ ਸਬੰਧ ਹੈ ਉਹ ਵੀ ਆਉਣ ਵਾਲੇ ਸਮੇਂ 'ਚ ਜ਼ਿਆਦਾ ਫਿਰ ਟਕਰਾਵ ਵਾਲੀ ਵਧਣਗੇ ਜਿਸ ਤਰ੍ਹਾਂ ਉਹਨਾਂ ਰਾਜਸਥਾਨ ਸਰਕਾਰ ਨੇ ਪਾਸ ਕਰ ਦੇਖੋ ਰਾਜਸਥਾਨ ਸਰਕਾਰ ਕਰ ਚੁੱਕੀ ਹੈ ਛੱਤੀਸਗੜ੍ਹ ਦੀ ਸਰਕਾਰ ਕਰ ਚੁੱਕੀ ਹੋਰ ਸਰਕਾਰਾਂ ਵੱਲੋਂ ਪਾਸ ਕੀਤੇ ਜਾਣ ਦੀ ਸੰਭਾਵਨਾ ਹੈਗੀ ਹੈ ਮਤਲਬ ਬਿੱਲ ਪਾਸ ਕਰਨ ਤੋਂ ਬਾਅਦ ਇਸ ਤਰੀਕੇ ਦਾ ਐਟੀਟਿਊਡ ਅਪਣਾਉਣਾ ਜਿਹੜਾ ਉਹ ਇਹ ਸਾਡੇ ਜਿਹੜਾ ਜਮਹੂਰੀ ਲੋਕਤੰਤਰ ਹੈ ਇਹਦੇ ਇਹਨੂੰ ਇਹਦੇ ਵਿੱਚ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਇਹ ਗਲਤ ਹੈ ਇੱਕ ਗੱਲ ਹੋਰ ਅਸੀਂ ਹੋਰ ਕਹਿਣੀ ਚਾਹੁੰਦੇ ਆ ਆਪਣੇ ਤੇ ਦਰਸ਼ਕਾਂ ਨਾਲ ਸਾਂਝੀ ਕਰਨੀ ਜੀ 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 ਕਿ ਜਿਹੜੀ ਗੁੱਡਵਿਲ ਜਿਹੜਾ ਜੈਸਚਰ ਪੰਜਾਬ ਵਿਧਾਨ ਸਭਾ ਦੇ ਵਿੱਚ ਬਣਿਆ ਸੀ ਸਾਰੀਆਂ ਧਿਰਾਂ ਇਕੱਠੇ ਹੋ ਕੇ ਚੱਲੀਆਂ ਸੀਗੀਆਂ ਅੱਜ ਉਹ ਮਿਸਿੰਗ ਸੀਗਾ ਅੱਜ ਜਦੋਂ ਗਏ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਠੀਕ ਹੈ ਜਿਹੜੇ ਸੁਖਪਾਲ ਖੈਰਾ ਜਿਹੜੇ ਆਪ ਦੇ ਬਾਗੀ ਵਿਧਾਇਕਾ ਉਹ ਸੀ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਅਕਾਲੀ ਦਲ ਤੋਂ ਵੱਖ ਹੋ ਕੇ ਜਿਹਨਾਂ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਲਿਆ ਉਹ ਸੀਗੇ ਹੋਰ ਵਿਧਾਇਕ ਸੀਗੇ ਪਰ ਆਪ ਆਦਮੀ ਆਮ ਆਦਮੀ ਪਾਰਟੀ ਨੇ ਅੱਜ ਇੱਥੇ ਐਮਐਲਏ ਹੁੰਦਾ ਨਾ ਦਿੱਤਾ ਇਹ ਅਕਾਲੀ ਦਲ ਨੇ ਅੱਜ ਕੋਈ ਖਾਸ ਗੱਲ ਨਹੀਂ ਕੀਤੀ ਪਰ ਅਕਾਲੀ ਦਲ ਦੇ ਲੋਕ ਵੀ ਜਿਹੜੇ ਆ ਐਮਐਲਏ ਨਹੀਂ ਗਏ ਜਿਹੜੀ ਕਲੈਕਟਿਵ ਵਿਲ ਜਿਹੜੀ ਆ ਜਿਹੜੀ ਅਸੀਂ ਤਿੰਨਾ ਬਿੱਲਾਂ ਦੇ ਉੱਪਰ ਚਾਰਾਂ ਬਿੱਲਾਂ ਦੇ ਉੱਪਰ ਕੀਤੀ ਸੀਗੀ ਵਿਧਾਨ ਸਭਾ ਦੇ ਵਿੱਚ ਉਨੂੰ ਅਸੀਂ ਅੱਜ ਖੰਡਿਤ ਕੀਤਾ ਇਹ ਇੱਕ ਠੀਕ ਗੱਲ ਜਿਹੜੀ ਨਹੀਂ ਹੋਈ ਵੀ ਅਸਲ 'ਚ ਤਾਂ ਪੰਜਾਬ ਦੇ ਲੋਕ ਇਸ ਗੱਲੋਂ ਬਹੁਤ ਖੁਸ਼ ਸੀਗੇ ਜਿਸ ਦਿਨ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਸਾਂਝੀ ਆਵਾਜ਼ ਹੋ ਕੇ ਸਾਰੀਆਂ ਰਾਜਸੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਜਦੋਂ ਇਹ ਆਵਾਜ਼ ਚੁੱਕੀ ਸੀ ਜਦੋਂ ਇਹ ਬਿੱਲ ਪਾਸ ਕੀਤੇ ਸੀ ਤਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਸਮੁੱਚੇ ਹਿੱਤਾਂ ਦੇ ਲਈ ਘੱਟੋ-ਘੱਟ ਰਾਜਸੀ ਧਿਰਾਂ ਇੱਕ ਮੰਚ ਤੇ ਆ ਰਹੀਆਂ ਅੱਜ ਉਸ ਭਾਵਨਾ ਨੂੰ ਵੀ ਛੱਟ ਵੱਜੀ ਹੈ ਬਿਲਕੁਲ ਮਤਲਬ ਜਿਹੜੀਆਂ ਦੂਜੀਆਂ ਦੋਨੇ ਪਾਰਟੀਆਂ ਉਹ ਇਮੀਡੀਏਟ ਗੇਨ ਦੇਖ ਰਹੀਆਂ ਵੀ 22 ਦੀਆਂ ਵਿਧਾਨ ਸਭਾ ਚੋਣਾਂ ਇਹ ਜਿਹੜੀਆਂ ਚੋਣਾਂ ਤਾਂ ਹੋ ਜਾਣਗੀਆਂ ਗੱਲ ਜਿਹੜਾ ਵੱਡਾ ਹਮਲਾ ਹੋਇਆ ਗੱਲ ਉਹਦਾ ਟਕਰਾ ਕਰਨ ਦੀ ਆ ਉਹਦੇ ਸਾਹਮਣੇ ਜਿਹੜਾ ਸਾਰੀਆਂ ਧਿਰਾਂ ਨੂੰ ਇਕਜਟ ਹੋਣ ਦੀ ਲੋੜ ਹੈਗੀ ਮੈਨੂੰ ਲੱਗਦਾ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਅੰਦੋਲਨ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਉਹਨਾਂ ਦੀ ਜਿਹੜੀ ਏਕਤਾ ਉਹਦੇ ਤੋਂ ਹੀ ਕੋ ਸਿੱਖਣਾ ਚਾਹੀਦਾ ਵੈਸੇ ਉਹਨਾਂ ਚੰਗਾ ਕੀਤਾ ਜਿਹੜੀ ਅੱਜ ਉਹਨਾਂ ਅੱਜ ਵੀ ਉਹਨਾਂ ਦਾ ਵੀ ਆਗੂ ਕਹਿ ਰਹੇ ਸੀ ਕਿਸਾਨ ਆਗੂ ਕਿ ਅਸੀਂ ਕਿਸੇ ਰਾਜਸੀ ਪਾਰਟੀ ਨੂੰ ਆਪਣੇ ਮੰਚ ਤੇ ਨਹੀਂ ਆਉਣ ਦਿੱਤਾ ਤੇ ਇਹੀ ਕਾਰਨ ਆ ਉਹ ਕਹਿੰਦੇ ਕਿ ਜਿਸ ਕਰਕੇ ਅਸੀਂ ਨਹੀਂ ਆਉਣ ਦਿੱਤਾ ਕਿ ਉਹ ਆਪੋ ਆਪਣੀਆਂ ਰਾਜਸੀ ਰੋਟੀਆਂ ਸੇਕਣ ਦੇ ਰਾਹ ਪੈ ਜਾਂਦੇ ਮਤਲਬ ਆ ਜਿਹੜਾ ਮਾਮਲਾ ਜਿਹੜੀਆਂ ਦੋਨੇ ਪਾਰਟੀਆਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਇਹ ਜਿਹੜਾ ਇੱਕ ਇੱਕ ਤਾਂ ਦਿੱਲੀ ਦੇ ਵਿੱਚ ਦਿਖਾਉਣੀ ਚਾਹੀਦੀ ਸੀ ਜਿਹੜਾ ਦੇਸ਼ ਨੂੰ ਇੱਕ ਸੰਦੇਸ਼ ਜਾਂਦਾ ਵੀ ਪੰਜਾਬ ਦੇ ਰਾਜਨੀਤਿਕ ਆਗੂ ਵੱਖ ਵਖਰੇਵਿਆਂ ਦੇ ਬਾਵਜੂਦ ਇਕੱਠੇ ਨੇ ਤੇ ਇੱਥੇ ਇਕੱਠੇ ਹੋ ਕੇ ਜਾਣਾ ਚਾਹੀਦਾ ਸੀ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਆ ਜੇ ਮਤਲਬ ਆਮ ਆਦਮੀ ਪਾਰਟੀ ਨੂੰ ਲੱਗਦਾ ਵੇ ਪੰਜਾਬ ਦੇ ਬਿੱਲਾਂ ਦੇ ਵਿੱਚ ਬਹੁਤ ਸਾਰੀਆਂ ਵੀਕਨੈਸ ਜ ਹੈ ਮੰਨ ਲਿਆ ਉਹ ਦਿੱਲੀ ਸਰਕਾਰ ਕੋਲੋਂ ਜਿੱਥੇ ਉਹਨਾਂ ਦੀਆਂ ਆ ਦੂਰ ਕੀਤੀਆਂ ਜਾ ਸਕਦੀਆਂ ਮਿਊਚੁਅਲ ਅੰਡਰਸਟੈਂਡਿੰਗ ਨਾਲ ਦੂਰ ਹੋ ਸਕਦੀਆਂ ਕੇਜਰੀਵਾਲ ਦੀ ਸਰਕਾਰ ਆ ਉਹਨਾਂ ਨੂੰ ਕਹਿਣ ਵੀ ਉਹ ਇਹਨਾਂ ਤੋਂ ਬਿਹਤਰ ਬਿੱਲ ਆਉਣ ਜਿਹੜਾ ਹੋਲਡਿੰਗ ਦਾ ਮਾਮਲਾ ਫੈਨਸ਼ੀਅਲ ਕਮੋਡਿਟੀ ਦੀ ਹੋਲਡਿੰਗ ਦਾ ਮਾਮਲਾ ਉਹ ਤਾਂ ਦਿੱਲੀ ਨੂੰ ਵੀ ਜਿਆਦਾ ਇਫੈਕਟ ਕਰੇਗਾ ਦਿੱਲੀ ਦੇ ਉੱਪਰ ਜਿਆਦਾ ਮਾੜਾ ਅਸਰ ਪਵੇਗਾ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਉੱਤੇ ਬਿੱਲ ਲਿਆਵੇ ਬਿੱਲ ਲੈ ਕੇ ਦੱਸੇ ਵੀ ਆ ਅਸੀਂ ਇਹ ਬਿੱਲ ਪਾਸ ਕਰਤੇ ਆ ਕਿ ਪੰਜਾਬ ਸਰਕਾਰ ਵੀ ਉਹਦੇ ਤੋਂ ਉਹਦੇ ਮੁਤਾਬਕ ਮੋਡੀਫਿਕੇਸ਼ਨ ਕਰੇ ਮਤਲਬ ਇਹ ਤਰੀਕਾ ਕਰ ਹੋਣਾ ਚਾਹੀਦਾ ਸੀਗਾ ਜਿਹੜਾ ਨਹੀਂ ਹੋਇਆ ਜਿਹੜੀ ਏਕਤਾ ਬਣੀ ਸੀਗੀ ਜਿਹੜੀ ਇੱਕਜੁੜਤਾ ਬਣੀ ਸੀਗੀ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਅੱਜ ਉਸ ਲੈਵਲ ਤੇ ਨਹੀਂ ਆਈ ਇਹਦੇ ਨਾਲ ਜਿਹੜਾ ਕਿਸਾਨ ਮੂਵਮੈਂਟ ਦੇ ਵੀ ਇਹ ਗੱਲ ਹੱਕ ਚ ਨਹੀਂ ਗਈ ਪੰਜਾਬ ਦੇ ਵੀ ਹੱਕ ਦੇ ਵਿੱਚ ਨਹੀਂ ਗਈ ਇਹ ਜਿਹੜੀ ਵੈਸੇ ਵੀ ਜੰਮੂ ਜੀ ਕਿਸਾਨਾਂ ਨੇ ਵੀ ਹੁਣ ਬਕਾਇਦਾ ਇਹ ਗੱਲ ਕਹੀ ਆ ਅੱਜ ਵੀ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜੀ ਹੁਣ ਸ਼ਾਮੀ ਕੀਤੀ ਆ ਮੀਟਿੰਗ ਤੋਂ ਬਾਅਦ ਉਹਦੇ 'ਚ ਵੀ ਉਹਨਾਂ ਕਿਹਾ ਕਿ ਜਿਹੜਾ ਪੰਜਾਬ ਦਾ ਵਪਾਰੀ ਆ ਉਹ ਖੁੱਲ ਕੇ ਸਾਡੇ ਨਾਲ ਖੜਾ ਹੈ ਜਿਹੜੇ ਸਾਡੇ ਕਿਤੇ ਵੀ ਖਰਚੇ ਹੋ ਰਹੇ ਉਹਨਾਂ 'ਚ ਵੀ ਉਹ ਸਾਡੀ ਆਰਥਿਕ ਮਦਦ ਵੀ ਕਰ ਰਿਹਾ ਤੇ ਹੋਰ ਵੀ ਜਿੱਥੇ-ਜਿੱਥੇ ਸਾਨੂੰ ਲੋੜ ਪੈਂਦੀ ਹੈ ਉਹ ਸਾਡੀ ਮਦਦ ਲਈ ਖੜਿਆ ਉਹਦੇ ਤੋਂ ਇਹ ਲੱਗਦਾ ਹੈ ਕਿ ਪੰਜਾਬ ਦਾ ਸਮੁੱਚਾ ਜਿਹੜਾ ਵਰਗ ਹੈਗੇ ਆ ਸਾਰੇ ਵਰਗ ਹੈ ਚਾਹੇ ਵਪਾਰੀ ਆ ਚਾਹੇ ਔਰਤਾਂ ਚਾਹੇ ਛੋਟੇ ਕਾਰਖਾਨੇਦਾਰ ਆ ਚਾਹੇ ਮੱਧਮ ਦਰਜੇ ਦੇ ਦੇ ਕਾਰਖਾਨੇ ਸਾਰੇ ਇੱਕ ਮੰਚ ਤੇ ਖੜੇ ਨਜ਼ਰ ਆ ਰਿਹਾ ਹੈ ਰਾਸ਼ੀਪਾਟੀਆਂ ਨੂੰ ਛੱਡ ਕੇ ਦੇਖੋ ਜਿਹੜੀਆਂ ਮਾਲ ਗੱਡੀਆਂ ਬੰਦ ਹੋਈਆਂ ਸਭ ਤੋਂ ਵੱਧ ਨੁਕਸਾਨ ਉਹਦਾ ਕਿਸਾਨਾਂ ਤੋਂ ਇਲਾਵਾ ਜੇ ਕਿਸੇ ਤੇ ਨੂੰ ਹੋ ਰਿਹਾ ਤਾਂ ਉਹ ਕਾਰੋਬਾਰੀਆਂ ਨੂੰ ਹੋਇਆ ਜੇ ਹੌਜਰੀ ਦਾ ਸਮਾਨ ਲੁਧਿਆਣੇ ਤੋਂ ਜਾਣਾ ਤੇ ਉਹਦੇ ਪੈਦਾਵਾਰ ਜਿਹੜੇ ਆ ਇਹ ਕਾਰਖਾਨੇਦਾਰ ਉਦਯੋਗਪਤੀ ਜਿਹੜੇ ਆ ਉਹ ਕਰ ਰਿਹਾ ਉਹਨਾਂ ਦਾ ਸੀਜ਼ਨ ਹੈ ਜੇ ਜਲੰਧਰ ਤੋਂ ਮਾਲ ਜਾਣਾ ਸਪੋਰਟਸ ਦਾ ਮਾਲ ਜਾਣਾ ਜਾ ਅੰਮ੍ਰਿਤਸਰ ਤੋਂ ਜਾਣਾ ਉਹ ਸਾਰਾ ਕਾਰੋਬਾਰੀਆਂ ਦਾ ਛੋਟੇ ਵਪਾਰੀਆਂ ਦਾ ਮੱਧ ਦਰਜੇ ਦੇ ਵਪਾਰੀਆਂ ਦਾ ਇਹ ਸਾਰਾ ਸਮਾਨ ਜਿਹੜਾ ਰੁਕਿਆ ਹੋਇਆ ਜਾਂ ਬਾਹਰੋਂ ਕੋਈ ਉਹਨਾਂ ਨੂੰ ਕੱਚਾ ਮਾਲ ਆਉਣਾ ਇਹਦਾ ਸਭ ਤੋਂ ਵੱਧ ਹਿੱਟ ਜੇ ਕਿਸਾਨਾਂ ਤੋਂ ਬਾਅਦ ਜਿਹੜੇ ਪੰਜਾਬ ਉਹ ਜਿਹੜੇ ਛੋਟੇ ਕਾਰੋਬਾਰੀ ਦਰਮਿਆਨੇ ਕਾਰੋਬਾਰੀ ਹਟੋ ਰਿਹਾ ਉਹ ਉਹ ਵੀ ਇਸ ਵੇਲੇ ਕਿਸਾਨਾਂ ਦੇ ਨਾਲ ਨੇ ਉਹ ਵੀ ਕਹਿ ਰਹੇ ਵੀ ਕਿਸਾਨ ਜਿਹੜਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਸਾ ਮੈਨੂੰ ਵੀ ਇਹ ਵੀ ਲੱਗਦਾ ਜੇ ਕਿਸਾਨ ਬਚੇਗਾ ਤਾਂ ਹੀ ਅਸੀਂ ਬਚਾਂਗੇ ਬਿਲਕੁਲ ਕਿਉਂਕਿ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਕਿਸਾਨੀ ਚੱਲਦੀ ਰਹਿਣੀ ਚਾਹੀਦੀ ਜੇ ਕਿਸਾਨੀ ਠੱਪ ਹੋ ਗਈ ਤਾਂ ਸਾਰਾ ਕਾਰੋਬਾਰ ਦੇ ਉੱਪਰ ਬਹੁਤ ਮਾੜਾ ਅਸਰ ਪਵੇਗਾ ਇਸ ਕਰਕੇ ਕਿਸਾਨੀ ਦਾ ਪਹੀਆ ਜਿਹੜਾ ਨਾ ਉਹ ਚੱਲਦਾ ਰਹਿਣਾ ਚਾਹੀਦਾ ਤੇ ਕੇਂਦਰ ਸਰਕਾਰ ਨੇ ਜਿਹੜਾ ਇਹ ਸਪੈਨਰ ਸੁਟਿਆ ਉਹਦੇ ਚ ਰੋਕਣ ਲਈ ਇਹ ਵੀ ਇੱਕ ਦਿਨ ਇੱਕ ਦਿਨ ਕੇਂਦਰ ਸਰਕਾਰ ਨੂੰ ਰਿਅਲਾਈਜ਼ ਹੋਏਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਨਹੀਂ ਲਿਖੀ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ ਉਹਨੂੰ ਲਿਖੀ ਹੈ ਕਿ ਜੋ ਕੁਝ ਤੁਸੀਂ ਕਰ ਰਹੇ ਹੋ ਜੋ ਕੁਝ ਕੇਂਦਰ ਕਦਮ ਚੁੱਕ ਰਿਹਾ ਹੈਗਾ ਜਿਹੜੀਆਂ ਨੀਤੀਆਂ ਬਣਾ ਰਿਹਾ ਉਹਦੇ ਨਾਲ ਪੰਜਾਬ ਦੇ ਅੰਦਰ ਜਿਹੜੀ ਸਥਿਤੀ ਪੈਦਾ ਹੋ ਰਹੀ ਹੈ ਚੀਜ਼ਾਂ ਦੀ ਥੋੜਾ ਤਾਂ ਪੈਦਾ ਹੋ ਹੀ ਰਹੀ ਹੈ ਪਰ ਦੂਸਰੇ ਪਾਸੇ ਨਾਲ ਦੀ ਨਾਲ ਇਸ ਤਰ੍ਹਾਂ ਦਾ ਮਾਹੌਲ ਵੀ ਬਣ ਰਿਹਾ ਜਿੰਦਾ ਫਾਇਦਾ ਜਿਹੜਾ ਹੈ ਸਾਡੇ ਦੁਸ਼ਮਣ ਦੇਸ਼ ਹੈ ਉਹ ਵੀ ਚੱਕ ਸਕਦੇ ਆ ਜਿਹੜੀਆਂ ਬਾਹਰ ਦੀਆਂ ਏਜੰਸੀਆਂ ਉਹ ਵੀ ਇਸ ਦਾ ਲਾਹਾ ਲੈ ਸਕਦੀਆਂ ਔਰ ਪੰਜਾਬ ਜਿਹੜਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਕਿ ਜਿਹੜੀ ਤੁਸੀਂ ਹੁਣ ਸੋਚ ਵੀ ਨਹੀਂ ਸਕਦੇ ਇਸ ਲਈ ਪੰਜਾਬ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਕਿਉਂਕਿ ਸਰਦੀ ਸੂਬਾ ਦੇਖੋ ਇਹ ਗੱਲ ਇੱਕ ਨਹੀਂ ਕਈ ਵਾਰ ਹੋ ਚੁੱਕੀ ਹੈ ਇੱਕ ਨਹੀਂ ਤਾਂ ਤਾਜ਼ਾ ਹਾਂ ਹਾਂ ਜੀ ਤਾਜ਼ਾ ਚਿੱਠੀ ਵੀ ਲਿਖੀ ਆ ਜੇਪੀ ਨੱਡਾ ਨੂੰ ਲਿਖੀ ਆ ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਆਪਣੀ ਸਰਕਾਰ ਨਾਲ ਗੱਲਬਾਤ ਕਰੋ ਉਹਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰੋ ਵੀ ਹਾਲਤ ਆ ਹੈ ਇਸ ਹਾਲਤ ਦੇ ਵਿੱਚ ਜਿਹੜੇ ਉਹ ਕਦਮ ਚੁੱਕੇ ਜਾਣ ਜਿਹਦੇ ਨਾਲ ਪੰਜਾਬ ਦਾ ਕਿਸਾਨ ਜਿਹੜਾ ਉਹਨੂੰ ਨੁਕਸਾਨ ਨਾ ਹੋਵੇ ਪੰਜਾਬ ਨੂੰ ਨਾ ਨੁਕਸਾਨ ਹੋਵੇ ਸਾਰੇ ਤਰ੍ਹਾਂ ਜਿਹੜੀਆਂ ਸਾਨੂੰ ਸੋਚਣਾ ਚਾਹੀਦਾ ਇਹਦੇ ਤੇ ਮਿਲ ਕੇ ਇਹ ਇੱਕ ਸਰਕਾਰ ਦਾ ਮਾਮਲਾ ਨਹੀਂ ਗਾ ਇਹ ਪੰਜਾਬ ਦਾ ਮਾਮਲਾ ਹੈ ਪੰਜਾਬ ਦੇ ਮਾਮਲੇ ਨੂੰ ਵਾਈਡਰ ਪਰਸਪੈਕਟਿਵ ਤੇ ਲੈ ਕੇ ਜਾ ਕੇ ਜੰਮੂ ਜੀ ਸਮੁੱਚੇ ਦੇਸ਼ ਦਾ ਮਾਮਲਾ ਕਿਉਂਕਿ ਕੌਮੀ ਸੁਰੱਖਿਆ ਦਾ ਮਾਮਲਾ ਇਹਦੇ ਨਾਲ ਜੁੜਿਆ ਹੋਇਆ ਸਾਰਾ ਜਿੰਦਾ ਨਾ ਇੱਥੇ ਨਹੀਂ ਰੁਕ ਰਹੀਆਂ ਸਾਰੀਆਂ ਚੀਜ਼ਾਂ ਉਹ ਤਾਂ ਘਾਟ ਜੰਮੂ ਕਸ਼ਮੀਰ ਚ ਵੀ ਪੈਦਾ ਹੋਣੀ ਹੈ ਜਦੋਂ ਜੰਮੂ ਨਹੀਂ ਨਹੀਂ ਜੰਮੂ ਕਸ਼ਮੀਰ ਚ ਕਿਉਂ ਹਿਮਾਚਲ ਪ੍ਰਦੇਸ਼ ਨੂੰ ਸਾਰੀਆਂ ਜਿਹੜੀਆਂ ਮਾਲ ਗੱਡੀਆਂ ਪੰਜਾਬ ਰਾਹੀਂ ਹੋ ਕੇ ਜਾਂਦੀਆਂ ਜੰਮੂ ਕਸ਼ਮੀਰ ਨੂੰ ਸਾਰੀਆਂ ਗੱਡੀਆਂ ਮਾਲਕ ਜਿਹੜੀਆਂ ਪੰਜਾਬ ਰਾਈ ਜਾਂਦੀਆਂ ਹੁਣ ਉੱਥੇ ਇੱਕ ਨਵਾਂ ਤਰੀਕਾ ਆਇਆ ਵੀ ਟਰੱਕਾਂ ਰਾਹੀਂ ਸਮਾਨ ਭੇਜਣਾ ਜੋ ਟ੍ਰੇਨ ਦੇ ਰਾਹੀਂ ਜੋ ਮਾਲ ਗੱਡੀ ਦੇ ਰਾਹੀਂ ਸਮਾਨ ਪਹੁੰਚ ਜਾਣਾ ਉਹ ਦੂਜੀਆਂ ਰਸਤਿਆਂ ਰਾਹੀਂ ਨਹੀਂ ਜਲਦੀ ਟ੍ਰਾਂਸਪੋਰਟਰਾਂ ਨੂੰ ਜਲਦੀ ਨਹੀਂ ਪਹੁੰਚਦਾ ਇਸ ਕਰਕੇ ਕੇਂਦਰ ਸਰਕਾਰ ਨੂੰ ਦੇਰ ਸਵੇਰ ਇਹ ਗੱਲ ਰਿਅਲਾਈਜ਼ ਹੋਏਗੀ ਵੀ ਜਿਹੜਾ ਉਹਨਾਂ ਨੇ ਕਦਮ ਲਾਇਆ ਇਹ ਗਲਤ ਨੇ ਇਹ ਦੇਸ਼ ਦੇ ਵਿਰੋਧੀ ਨੇ ਅੱਜ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਸਾਹਮਣੇ ਇੱਕ ਪਿਕਚਰ ਰੱਖਤੀ ਹੈ ਉਹ ਪਿਕਚਰ ਕੱਲੀ ਭਾਜੀ ਕੇਂਦਰ ਸਰਕਾਰ ਤੱਕ ਥੋੜੀ ਹੈ ਉਹ ਪੂਰੇ ਦੇਸ਼ ਦੇ ਵਿੱਚ ਗਈ ਉਹ ਪੂਰੇ ਵਿਦੇਸ਼ੀ ਵਿੱਚ ਗਈ ਹੈ ਸਾਰੀ ਦੁਨੀਆ ਦੇ ਵਿੱਚ ਜਦੋਂ ਹੁਣ ਮੋਦੀ ਸਾਹਿਬ ਦੁਨੀਆ ਦੇ ਦੌਰੇ ਤੇ ਜਾਣਗੇ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਅੱਗੇ ਜਿਹੜਾ ਵੈਲਕਮ ਜਿਹੜਾ ਪਹਿਲਾਂ ਹੁੰਦਾ ਸੀ ਉਹ ਵੈਲਕਮ ਹੁਣ ਦੁਬਾਰਾ ਹੋਏਗਾ ਉੱਥੇ ਜੇ ਵੈਲਕਮ ਵੀ ਕਰਨਗੇ ਉੱਥੇ ਕਾਲੇ ਝੰਡਿਆਂ ਨਾਲ ਵੀ ਲੋਕ ਆਉਣਗੇ ਜਿਹੜੇ ਪੰਜਾਬ ਦੇ ਵੀ ਲੋਕ ਨੇ ਉਹ ਪੂਰੀ ਦੁਨੀਆ ਦੇ ਵਿੱਚ ਵਸੇ ਹੋਇਆ ਤੇ ਪੰਜਾਬ ਦੇ ਲੋਕ ਇਹ ਸਾਰਾ ਕੁਝ ਬੜੇ ਕਰੀਬ ਤੋਂ ਦੇਖ ਰਹੇ ਉਹ ਪੂਰਾ ਅੰਦੋਲਨ ਪੂਰੇ ਚਿੰਤਤ ਨੇ ਜਮੂ ਜੀ ਬਾਹਰ ਪੂਰੀ ਵਾਰ-ਵਾਰ ਸਾਡੇ ਨਾਲ ਚਿੰਤਾ ਜ਼ਾਹਰ ਕਰਦੇ ਆ ਇਸ ਕਰਕੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਕਿ ਬਰਤਾਨੀਆਂ ਦੇ ਜਿਹੜੇ ਸੰਸਦ ਮੈਂਬਰ ਸੀ ਉਹਨਾਂ ਨੇ ਵੀ ਕਿਸਾਨਾਂ ਨਾਮ ਦਰਦ ਦੀ ਪ੍ਰਗਟਾਈ ਹੈ ਕੈਨੇਡਾ ਅਮਰੀਕਾ ਵੱਖ-ਵੱਖ ਥਾਵਾਂ ਤੇ ਉਹ ਮੀਟਿੰਗਾਂ ਕਰਕੇ ਜਾਂ ਜਲਸੇ ਕਰਕੇ ਜਾਂ ਮਾਰਚ ਕਰਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹ ਰਹੇ ਬਿਲਕੁਲ ਸਾਰੀ ਦੁਨੀਆ ਜਿਹੜੀ ਆ ਜਿੱਥੇ-ਜਿੱਥੇ ਵੀ ਕਿਸਾਨ ਹੈਗੇ ਉਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਮਜਾਰੇ ਕੀਤੇ ਆ ਹਮਾਇਤ ਜਟਾਈ ਹੈ ਤੇ ਨਾਲ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਮਾਮਲਿਆਂ ਦੇ ਉੱਪਰ ਗੌਰ ਕਰੋ ਜੇ ਗੌਰ ਨਹੀਂ ਕਰੋਗੇ ਤੇ ਇਹ ਵਿਗੜ ਸਕਦੀ ਸਥਿਤੀ ਆ ਪਹਿਲਾਂ ਪੰਜਾਬ ਨੇ ਬਹੁਤ ਨੁਕਸਾਨ ਉਠਾਇਆ ਦੁਬਾਰਾ ਨੁਕਸਾਨ ਨਾ ਉਠਾਉਣਾ ਪਵੇ ਇਸ ਇਹਨੂੰ ਸਾਰੇ ਕਾਸੇ ਨੂੰ ਸਾਜਗਰ ਮਾਹੌਲ ਦੇ ਵਿੱਚ ਹੱਲ ਕਰੋ ਪੰਜਾਬ ਸਰਕਾਰ ਨਾਲ ਗੱਲਬਾਤ ਕਰੋ ਗੱਲਬਾਤ ਦੀ ਟੇਬਲ ਤੇ ਆਓ ਉਹਨਾਂ ਨੂੰ ਮੀਟਿੰਗ ਲਈ ਸਮਾਂ ਦਿਓ ਤਾਂ ਕਿ ਮਾਮਲੇ ਹੋਰ ਜ਼ਿਆਦਾ કડਵਾੜ ਚ ਨਾ ਬਦਲ ਨਾ ਜਿਆਦਾ ਉਸ ਲੈਵਲ ਤੇ ਨਾ ਲੈ ਜਾਓ ਜਿੱਥੇ ਵਾਪਸ ਮੋੜਨਾ ਔਖਾ ਹੋ ਜਾਵੇ ਇਸ ਕਰਕੇ ਗੱਲਬਾਤ ਹੋਣੀ ਚਾਹੀਦੀ ਸਮਾਂ ਵੀ ਖਤਮ ਹੋ ਰਿਹਾ ਹੈ ਇੱਥੇ ਹੀ ਅਸੀਂ ਅੱਜ ਦੀ ਚਰਚਾ ਸਮਾਪਤ ਕਰਾਂਗੇ ਜਿਸ ਤਰ੍ਹਾਂ ਅਸੀਂ ਤੁਹਾਡੇ ਸਾਹਮਣੇ ਜਿਹੜੀ ਚਰਚਾ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਕਿਸ ਤਰ੍ਹਾਂ ਕੇਂਦਰ ਦਾ ਜਿਹੜਾ ਵਤੀਰਾ ਹੈਗਾ ਉਹ ਪੰਜਾਬ ਮਾਰੂ ਬਣਿਆ ਹੋਇਆ ਹੈ ਤੇ ਬਦਲਾਖੋਰੂ ਢੰਗ ਨਾਲ ਸਾਰੀਆਂ ਕਾਰਵਾਈਆਂ ਹੋ ਰਹੀਆਂ ਤਾਂ ਇਹ ਸਥਿਤੀ ਦੇ ਵਿੱਚ ਜਿਹੜੀ ਹੈ ਉਹ ਬੰਦ ਹੀ ਇਹ ਹੈ ਕਿ ਲੈ ਵੀ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਲੋਕਤੰਤਰ ਦੇ ਵਿੱਚ ਜਿਸ ਤਰ੍ਹਾਂ ਸੰਵਾਦ ਰਚਾ ਕੇ ਕਿਸਾਨਾਂ ਨਾਲ 50 ਸਰਕਾਰ ਨਾਲ ਤੇ ਬਾਕੀ ਜਿਹੜਾ ਸਮੁੱਚਾ ਦੇਸ਼ ਦੇ ਅੰਦਰ ਕਿਸਾਨ ਜਿੱਥੇ ਬੰਦੀਆਂ ਇਸ ਦਾ ਹੱਲ ਕੱਢਿਆ ਜਾਵੇ ਤਾਂ ਜੋ ਦੇਸ਼ ਜਿਹੜਾ ਇਹ ਜਿਸ ਪਾਸੇ ਨੂੰ ਜਾ ਰਹੀ ਹੈ ਗੱਲ ਉਸ ਤੋਂ ਬਚ ਸਕੇ ਉਸ ਤੋਂ ਦੇਸ਼ ਇੱਕ ਸਹੀ ਦਿਸ਼ਾ ਵੱਲ ਅੱਗੇ ਯਾਵੇਂ ਇੱਥੇ ਹੀ ਅਸੀਂ ਆਪਣੀ ਚਰਚਾ ਸਮਾਪਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ